ਜਿਵੇਂ ਕਹਿੰਦੇ ਹੁੰਦੇ ਨਾ ਕਿ ਕਮਜ਼ੋਰ ਦਿਲ ਵਾਲੇ ਇਸ ਵੀਡੀਓ ਨੂੰ ਨਾ ਦੇਖਣ, ਉਵੇਂ ਹੀ ਪਲੀਜ਼ ਟੈਸਲਾ ਲਵਰ ਇਸ ਵੀਡੀਓ ਤੋਂ ਦੂਰ ਰਹਿਣ, ਤੁਹਾਨੂੰ ਖਿੱਝ ਹੀ ਆਊਗੀ। ਕੈਲਗਰੀ ਤੋਂ ਸਰੀ ਦਾ ਸਫ਼ਰ ਸੀ ਇਹ ਮੇਰਾ, ਅਤੇ ਬਹੁਤ ਪਲੈਨ ਸੀ ਕਿ ਇੱਥੇ ਜਾਊਂਗਾ ਉੱਥੇ ਜਾਊਂਗਾ, ਕਿਤੇ ਤਾਂ ਮਾਂ ਦੀ ਧੀ ਕਵੇ ਆਪਣੀ ਨਹੀਂ ਰੇਜ ਹੈਗੀ, ਅਤੇ ਕਿਤੇ ਕਵੇ ਕਿ ਹਾਂ ਲੈ ਚੱਲੂੰਗੀ, ਪਰ ਜਦੋਂ ਤੁਰਿਆ ਕਰਾਂ ਤਾਂ ਰਸਤੇ 'ਚ ਕਿਹਾ ਕਰੇ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਠੰਡ ਵੱਧ ਗਈ ਆ, ਹੁਣ ਨਹੀਂ ਪਹੁੰਚਣਾ ਮੈਂ। ਸਫ਼ਰ ਖਤਮ ਹੋਣ 'ਤੇ ਅਹਿਸਾਸ ਹੋਇਆ ਮੈਨੂੰ ਕਿ ਨੈਗੇਟਿਵ ਜਿਹਾ ਹੀ ਕਰਤਾ ਸੀ ਇਹਦੀ ਖੱਜਲ ਖੁਆਰੀ ਨੇ। ਬਾਕੀ ਦੁਨੀਆ ਦੀਆਂ ਬੈਸਟ ਡਰਾਈਵ 'ਚੋਂ ਇੱਕ ਆ ਕੈਲਗਰੀ ਤੋਂ ਸਰੀ ਦੀ ਇਹ ਰਾਈਡ, ਤੁਸੀਂ ਵੀ ਵੀਡੀਓ ਵੇਖ ਕੇ ਦੱਸਣਾ ਕਿ ਗੱਲ ਸੱਚ ਜਾਪੀ ਆ ਜਾਂ ਐਵੇਂ ਖਾਚੀ ਮਾਰੀ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਫ਼ਰ ਸਟਾਰਟ ਕਰਨ ਲੱਗੇ ਹਾਂ ਕੈਲਗਰੀ ਤੋਂ ਸਰੀ ਦਾ। ਵੈਸੇ ਤਾਂ ਆਈ ਥਿੰਕ ਕੋਈ 700-800 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਕੋਈ ਨੋਰਮਲ ਗੱਡੀ 11-12 ਘੰਟਿਆਂ 'ਚ ਕਰ ਦਿੰਦੀ ਆ, ਅਤੇ ਆਪਾਂ ਜਿਹੜੀ ਗੱਡੀ ਦੇ ਵਿੱਚ ਆ ਇਹ ਤਾਂ ਬਿਲਕੁਲ ਨਹੀਂ ਕਰ ਸਕਦੀ। ਅਤੇ ਮੈਂ ਵੈਸੇ ਟਰਾਈ ਹੀ ਕਰਨਾ ਚਾਹੁੰਦਾ ਸੀ, ਮੈਨੂੰ ਇਹ ਸੀ ਕਿ ਗੱਡੀ ਲੈਣ ਤੋਂ ਪਹਿਲਾਂ ਵੀ ਵਾਈ ਨੋਟ, ਹੈ ਨਾ, ਵੀ ਜਿਹੜਾ ਕਹੀ ਜਾਂਦੇ ਨੇ ਤਾਂ ਫਿਊਚਰ ਹੀ ਇਹਨਾਂ ਗੱਡੀਆਂ ਦਾ ਵਾ ਚਾਰਜਿੰਗ ਵਾਲੀਆਂ ਦਾ ਈਵੀ, ਅਤੇ ਪਰ ਨਹੀਂ, ਹੋ ਸਕਦਾ ਫਿਊਚਰ ਕੋਈ ਨਵੀਂ ਇਨਵੈਂਸ਼ਨ ਆ ਜਾਵੇ ਜਿਹਦੇ ਵਿੱਚ ਬੈਟਰੀ ਬਹੁਤ ਫਾਸਟ ਚਾਰਜ ਹੋ ਜਾਵੇ, ਅਤੇ ਬਟ ਨਹੀਂ ਟੋਟਲੀ, ਹੈ ਨਾ, ਮੈਂ ਸ਼ਾਇਦ ਮੈਨੂੰ ਲੱਗਦਾ ਹੁੰਦਾ ਸੀ ਟੈਸਲਾ ਦਾ ਕਰੇਜ ਹੈ, ਬਟ ਉਹ ਮੇਰਾ ਟੋਟਲੀ ਲੱਥ ਚੁੱਕਾ ਵਾ, ਕਿਉਂਕਿ ਮੈਂ ਕਈ ਵਾਰੀ ਇੱਥੇ ਕੈਨੇਡਾ ਗਏ, ਇੱਕ ਦੋ ਵਾਰੀ ਟੈਸਲਾ ਯੂਜ਼ ਕੀਤੀ ਸਮਰ ਦੇ ਵਿੱਚ, ਉਦੋਂ ਵੀ ਪਰੇਸ਼ਾਨੀ ਸੀ ਅਸਲ ਦੇ ਵਿੱਚ, ਉਦੋਂ ਵੀ ਤੁਹਾਨੂੰ ਇੱਕ ਕੰਟੀਨਿਊ ਜ਼ਿੰਦਗੀ ਦੇ ਵਿੱਚ ਉੱਦਾਂ ਹੀ ਟੈਨਸ਼ਨਾਂ ਨਹੀਂ ਮਾਣ, ਅਤੇ ਇਹੀ ਇੱਕ ਹੋਰ ਚੱਕੀ ਫਰੀਏ ਮੀਟਰ ਵੱਲ ਵੇਖਦੇ ਰਹੀਏ ਵੀ ਕਿੰਨੀ ਕੁ ਚਾਰਜ ਰਹਿ ਗਈ, ਕਿੰਨੀ ਕੁ ਚਾਰਜ ਰਹਿ ਗਈ, ਪਤਾ ਨਹੀਂ ਸਟੇਸ਼ਨ ਕਿੱਥੇ ਹੈ ਕਿ ਨਹੀਂ ਹੈ, ਪੰਪ ਤਾਂ ਮਿਲ ਹੀ ਜਾਂਦਾ ਨਾ ਕੋਈ 50-100 ਕਿਲੋਮੀਟਰ, ਅਤੇ ਇਹ ਕਈ ਵਾਰੀ 300-400 ਕਿਸੇ ਉੱਧਰਲੀ ਸਾਈਡ ਚੱਲ ਜਾਏ ਤਾਂ ਹੋਣਾ ਹੀ ਨਹੀਂ। ਫੋਰ ਐਗਜ਼ਾਮਪਲ ਮੈਂ ਇੱਥੇ ਇੱਕ ਕੈਨੀਅਨ ਸੀ, ਉਹ ਮੈਂ ਗਰਮੀਆਂ ਦੇ ਵਿੱਚ ਗਿਆ ਹਾਂ, ਤਾਂ ਮੈਂ ਸਿਆਲਾਂ 'ਚ ਵੇਖਣ ਦਾ ਇਰਾਦਾ ਸੀ, ਉਹ ਜੰਮੀ ਹੁੰਦੀ ਸਾਰੀ, ਉਹਨੂੰ ਕੀ ਕਹਿੰਦੇ ਮੈਲੀਨ ਕੈਨੀਅਨ ਸਮਥਿੰਗ, ਅਤੇ ਉੱਥੇ ਪਹੁੰਚਦੀ ਨਹੀਂ ਹੈ, ਇਹ ਮੈਨੂੰ ਬਹੁਤ ਕੈਲਗਰੀ ਤੋਂ ਪਹਿਲਾਂ ਐਡਮਿੰਟਨ ਭੇਜਦੀ, ਐਡਮਿੰਟਨ ਤੋਂ ਬਾਅਦ 'ਚ ਵਲ ਵਲਾ ਕੇ ਲੈ ਕੇ ਜਾਂਦੀ ਹੈ, ਅਤੇ ਉੱਥੋਂ ਬਾਅਦ ਦੇ ਵਿੱਚ ਵਾਪਸ ਮੁੜਨਾ ਵੀ ਉਹੋ ਜਿਹਾ ਹੀ ਆ ਕੰਮ। ਸੋ ਨਹੀਂ ਭਾਈ, ਜਿਹੜਾ ਕੋਈ ਸਾਈਬਰ ਟਰੱਕ ਲੈਣ ਦਾ ਸੋਚ ਰਿਹਾ ਵਾ, ਚਲੋ ਹਰੇਕ ਆਪੋ ਆਪਣਾ ਦਿਮਾਗ ਵਰਤੋਂ, ਕਦੀ ਕਿਸੇ ਦੇ ਪਿੱਛੇ ਲੱਗ ਕੇ ਨਾ, ਪਰ ਮੇਰੇ ਮੁਤਾਬਕ ਜਿਹੜਾ ਬੰਦਾ ਡੇਲੀ 100-200 ਕਿਲੋਮੀਟਰ ਜਿਹਨੂੰ ਗੱਡੀ ਚਲਾਉਣੀ ਪੈਂਦੀ ਆ, ਅਤੇ ਜਾਂ ਜਿਹੜਾ ਕਦੀ ਕਦੀ ਟਰੈਵਲ ਕਰਨ ਜਾਂਦਾ, ਉਹਦੇ ਵਾਸਤੇ ਅਜੇ ਇਹ ਨਹੀਂ ਗੱਡੀਆਂ ਹੈਗੀਆਂ, ਅਜੇ ਉਹ ਡੀਜ਼ਲ ਪੈਟਰੋਲ ਵਾਲਾ ਹੀ ਕੰਮ ਸਹੀ ਆ, ਹਾਈਬ੍ਰਿਡ ਲੈ ਲਓ ਜੇ ਪੋਲਿਊਸ਼ਨ ਦੀ ਹੀ ਗੱਲ ਆ। ਅਤੇ ਸੋ ਮੈਂ 2-3 ਸੋਚਿਆ ਸੀ ਮਨ ਦੇ ਵਿੱਚ ਕਿ ਅੱਜ ਹੁਣ 2 ਕੁ ਵੱਜ ਚੱਲੇ ਆ, ਵੀ ਅੱਜ ਰਾਤ ਕੈਨਮੋਰ ਰੁਕ ਜੂੰ, ਫਿਰ ਅੱਗੇ ਰੈਵਲ ਸਟੋਕ ਜਾਂ ਹੋਪ ਰੁਕ ਜੂੰ, ਫਿਰ ਉਸ ਤੋਂ ਨੈਕਸਟ ਡੇ ਪਹੁੰਚ ਜੂੰ, 2 ਕੁ ਰਾਤਾਂ ਇੱਦਾਂ ਰੁਕ ਕੇ, ਨਾਲੇ ਮੇਰਾ ਘੁੰਮਣ ਫਿਰਨ ਵੀ ਹੋ ਜੂਗਾ। ਮੈਂ 2-4 ਹਾਈਕ ਲੱਭੀਆਂ ਵਾ, ਇੱਕ ਹੁਣ ਕੈਨਮੋਰ ਦੇ ਲਾਗੇ ਆ, ਅੱਜ ਤਾਂ ਜਾ ਕੇ ਹਨੇਰਾ ਹੋ ਜਾਣਾ, ਸੌਂ ਜਾਣਾ ਬਸ, ਅਤੇ ਸਵੇਰੇ ਉੱਠ ਕੇ ਉਹ ਹਾਈਕ ਕਰਕੇ ਵਾਪਸ ਆ ਕੇ, ਅਤੇ ਫਿਰ ਅੱਗੇ ਅਗਲੀ ਮੰਜ਼ਿਲ ਵੱਲ ਨੂੰ ਚੱਲਾਂਗਾ, ਅਤੇ ਜਿਹੜਾ ਆਪਣਾ ਸੌਣ ਆ ਉਹ ਆਪਣਾ ਗੱਡੀ ਦੇ ਵਿੱਚ ਹੀ ਆ। ਸਮਾਨ ਮੈਂ ਤਕਰੀਬਨ ਜਦ ਲੈ ਹੀ ਲਿਆ ਵਾ, ਅਜੇ ਤਾਂ ਹੁਣ ਦੂਰ ਵੀ ਨਿਕਲ ਜਾਣਾ ਸੀ, ਗੱਡੀ ਆ ਐਕਸਟੈਂਡ ਵੀ ਕਰਾ ਲੈਣੀ ਸੀ, ਪਰ ਗੱਡੀ ਚੇਂਜ ਕਰਨੀ ਪੈਣੀ ਆ, ਗੱਡੀ ਹੁਣ ਕੋਸ਼ਿਸ਼ ਕਰਦੇ ਹਾਂ ਜਾਂ ਤਾਂ ਆਪਣੀ ਹੀ ਲੈਣ ਦੀ, ਜੇ ਬਣ ਗਈ ਗੱਲ, ਜੇ ਨਾ ਬਣੀ ਤਾਂ ਫਿਰ ਰੈਂਟ 'ਤੇ ਲੈਂਦੇ ਹਾਂ, ਰੈਂਟ 'ਤੇ ਹੁਣ ਮਿਨੀ ਵੈਨ ਵਗੈਰਾ ਕੋਈ ਲਵਾਂਗੇ ਜਾਂ ਟੋਇਟਾ ਦੀ ਕੋਈ ਗੱਡੀ, ਉਹ ਸਹੀ ਆ ਆਪਣੇ ਵਾਸਤੇ। ਅਤੇ ਕਰਦੇ ਹਾਂ ਜੀ ਸਫ਼ਰ ਸ਼ੁਰੂ, ਜੁੜੇ ਰਹੋ ਨਾਲ। ਬਰਫ਼ਾਂ ਦੇ ਮਿੰਨੀ ਪਹਾੜ ਜਿਹੜੇ ਤੁਸੀਂ ਦੇਖ ਰਹੇ ਹਾਂ, ਪਿਛਲੇ ਕੁਝ ਦਿਨਾਂ 'ਚ ਅਲਬਰਟਾ ਨੇ ਠੰਡ ਦੇ ਪੂਰੇ ਜ਼ੋਰ ਵਿਖਾਏ, ਇੱਕ ਦਿਨ -50 ਵੀ ਗਿਆ, ਅਤੇ ਫੀਲ ਲਾਈਕ -56। ਲਾਸਟ 2 ਕੁ ਦਿਨ ਤੋਂ ਟੈਂਪਰੇਚਰ ਹੁਣ -25 ਸੀ, ਅਤੇ ਇੰਝ ਫੀਲ ਹੋ ਰਿਹਾ ਸੀ ਕਿ ਗਰਮੀਆਂ ਹੀ ਆ ਗਈਆਂ। ਇਹ ਚਾਰਜਿੰਗ ਸਟੇਸ਼ਨ 'ਤੇ ਕਈ ਵਾਰ ਆਇਆ ਮੈਂ, ਅਤੇ ਬੜੇ ਲੋਕ ਖੱਜਲ ਹੁੰਦੇ ਵੇਖੇ, ਕਦੇ ਟੈਸਲਾ ਨੂੰ ਧੱਕਾ ਅਤੇ ਕਦੇ ਟੋਅ ਕਰਦੇ ਵੇਖੇ। ਇਹ ਆਪਣਾ ਪਹਿਲਾ ਚਾਰਜ ਸੀ ਇਸ ਸਫ਼ਰ ਦਾ, 2 ਕੁ ਘੰਟੇ ਲੱਗਣੇ ਸੀ, ਸੋ ਮੈਂ ਮਾਲ 'ਚ ਕੁਝ ਅਸੈਂਸ਼ੀਅਲ ਸਮਾਨ ਲੈਣ ਦਾ ਸੋਚਿਆ। ਅੰਗਰੇਜ਼ੀ ਦੀ ਕਹਾਵਤ ਆ ਇੱਕ ਕਿ ਇਗਨੋਰੈਂਸ ਇਜ਼ ਬਲੈਸ, ਮਤਲਬ ਅਗਿਆਨਤਾ ਵੀ ਵਰਦਾਨ ਹੁੰਦੀ ਕਦੀ ਕਦੇ। ਪਹਿਲਾਂ ਜਦੋਂ ਮੈਨੂੰ ਪਤਾ ਨਹੀਂ ਸੀ ਕਿ ਕੈਨੇਡਾ ਦੇ ਵਿੱਚ ਹਾਈਕ ਕਰਨ ਦੇ ਕੀ ਖਤਰੇ ਆ, ਤਾਂ ਮੈਂ ਮੂੰਹ 'ਤੇ ਪਾਣੀ ਚੱਕ ਕੇ ਤੁਰ ਪੈਂਦਾ ਸੀ, ਪਰ ਜਦੋਂ ਕਈਆਂ ਨੇ ਕਹਿਣਾ ਸ਼ੁਰੂ ਕਰਤਾ ਕਿ ਭਾਅ ਜੀ ਉੱਥੇ ਜਿੱਥੇ ਤੁਸੀਂ ਗਏ ਸੀ ਉੱਥੇ ਭਾਲੂ ਬੜੇ ਹੁੰਦੇ ਆ, ਦਿਸ ਹੁੰਦਾ, ਦੈਟ ਹੁੰਦਾ, ਤਾਂ ਹੁਣ ਮੇਰੀ ਜਿਹੜੀ ਤਿਆਰੀ ਆ ਉਹ ਇੱਕ ਫੌਜੀ ਨਾਲੋਂ ਵੀ ਵੱਧ ਗਈ ਆ। ਇਸ ਕਰਕੇ ਸੋਚਿਆ ਕਿ ਨਾਈਫ, ਬੀਅਰ ਸਪਰੇ, ਖੂੰਡੀ ਅਤੇ ਹੋਰ ਵੀ ਕੋਈ ਜ਼ਰੂਰੀ ਸਮਾਨ ਇੱਥੋਂ ਲੈ ਲਾਂ। ਕ੍ਰੋਸ ਆਇਰਨ ਮੋਲ ਦੇ ਵਿੱਚ ਇਹ ਜਿਹੜੀ ਦੁਕਾਨ ਆ, ਇਹ ਆਊਟਡੋਰ ਐਕਟੀਵਿਟੀਜ਼ ਲਈ ਬਹੁਤ ਬਹੁਤ ਵਧੀਆ। ਆਪਾਂ ਪਹੁੰਚ ਗਏ ਜੀ ਕੈਨਮੋਰ, ਅਤੇ ਮੈਨੂੰ ਲੱਗਦਾ ਆਪਾਂ ਟੈਸਲਾ ਓਨਰਸ ਦਾ ਮਨ ਖੱਟਾ ਕਰ ਦੇਣਾ ਆਪਾਂ ਬਿਲਕੁਲ ਹੀ। ਅਤੇ ਮੈਂ ਵੈਸੇ ਚੱਲਿਆ ਸੀ ਕਿੱਧਰ ਨੂੰ ਜਾਈਦਾ ਵਾ,
ਕਨਾਸਿਸਕ ਵਿਲੇਜ, ਉੱਥੋਂ ਮੇਰੀ ਹਾਈਕ ਆ ਜਿਹੜੀ ਸਟਾਰਟ ਹੋਣੀ ਆ। ਉਹ ਵੇਖੀ ਭਰਾਵਾ ਫੋਨ ਨਾ ਤੋੜ ਦੀ, ਅਤੇ ਉੱਥੋਂ ਅਸੀਂ ਮੇਰੀ ਜਿਹੜੀ ਹਾਈਕ ਸਟਾਰਟ ਹੋਣੀ ਆ। ਬਟ ਚੱਕਰ ਇੱਦਾਂ ਕਿ ਬੈਟਰੀ ਥੋੜ੍ਹੀ ਰਹਿ ਗਈ ਸੀ ਪਹਿਲਾਂ, ਮੈਂ ਕਿਹਾ ਉੱਥੇ ਹੀ ਚੱਲ ਜਾਂਦਾ ਅਤੇ ਰਾਤ ਉੱਥੇ ਹੀ ਸੌਂਜੂੰਗਾ। ਅਤੇ ਗੱਡੀ ਦੇ ਵਿੱਚ ਮੇਰਾ ਇਰਾਦਾ ਸੀ ਕਿ ਮੈਂ ਆਪਣਾ ਲਾ ਲੂੰਗਾ ਕੀ ਨਾ ਲਈਦਾ ਹੀਟਿੰਗ ਵਗੈਰਾ, ਫਿਰ ਮੈਨੂੰ ਇਹ ਵੀ ਸੀ ਕਿ ਉਹ ਨਾ ਹੋਵੇ ਵੀ ਹੀਟਿੰਗ ਯੂਜ਼ ਕਰਦਿਆਂ ਕਰਦਿਆਂ ਸਾਰੀ ਰਾਤ ਦੇ ਵਿੱਚ ਬਾਅਦ ਦੇ ਵਿੱਚ ਮੇਰੇ ਕੋਲ ਕੈਨ ਮੋਰ ਨਾ ਆ ਹੋਵੇ। ਹੈ ਤਾਂ ਇੱਥੋਂ ਕੋਈ 50 ਕੁ ਕਿਲੋਮੀਟਰ ਦੂਰ ਆ ਕਨਾਸਿਸਕ ਵਿਲੇਜ, ਸੋ ਫਿਰ ਇਸੇ ਕਰਕੇ ਮੈਨੂੰ ਇੱਧਰ ਕੈਨ ਮੋਰ ਆਉਣਾ ਪਿਆ। ਹੁਣ ਮੈਂ ਦੋ ਚਿੱਤੀ ਜੀ 'ਚ ਹਾਂ ਕਿ ਮੈਂ ਇੱਥੇ ਕੈਨ ਮੋਰ ਹੀ ਸੌਂ ਜਾਂ ਜਾਂ ਹੁਣ ਚਾਰਜ ਕਰਕੇ ਕਨਾਸਿਸਕ ਵਿਲੇਜ ਚਲ ਜਾਂ, ਸੋ ਉਹ ਦੇਖਦੇ ਹਾਂ। ਅਤੇ ਬਾਕੀ ਮੈਂ ਇਹ ਗੱਲ ਸੋਚੀ ਆ ਕਿ ਮੈਂ ਦੋ ਵੀਡੀਓ ਵੱਖ ਬਣਾ ਦਿੰਦਾ, ਇੱਕ ਵੀਡੀਓ ਤਾਂ ਜਿਹਦੇ ਵਿੱਚ ਇੱਕ ਵੀਡੀਓ ਅਤੇ ਜਿਹਦੇ ਵਿੱਚ ਯਾਨੀ ਕਿ ਮੈਂ ਆਪਣਾ ਸਾਰਾ ਸਫ਼ਰ ਡਾਕੂਮੈਂਟ ਕਰਦਾ ਉਹੜਾ ਇੱਥੋਂ ਕੈਲਗਰੀ ਤੋਂ ਲੈ ਕੇ ਸਰੀ ਤੱਕ। ਇੱਕ ਮੈਂ ਥੋੜ੍ਹਾ ਜਿਹਾ ਤਾਂ ਝਿਜ ਕਰਿਆ ਵਾਂ, ਪਿੱਛੇ ਗੱਡੀਆਂ ਮੈਂ ਯਾਨੀ ਕਿ ਵਿੱਚ ਡਿਸਟਰਬੈਂਸ ਹੀ ਕ੍ਰੀਏਟ ਕਰ ਰਿਹਾ ਵਾਂ। ਸੋ ਪਰ ਇਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਆਪਣਾ ਜਗਾੜ ਟਰਾਈਪੋਡ ਵਾਲਾ ਗੱਡ ਚੁੱਕਾ ਸੀ, ਸੋ ਉਦੋਂ ਮੈਂ ਇਕੱਲੀ ਗੱਡੀ ਵਾਲਾ ਸੀ ਅਤੇ ਹੁਣ 4-5 ਹੋ ਗਈਆਂ। ਸੋ ਇੱਕ ਵੀਡੀਓ ਮੈਂ ਸੈਪਰੇਟਲੀ ਕਰ ਦੂੰਗਾ ਆਪਣੀ ਹਾਈਕਸ ਵਗੈਰਾ ਦੀ, ਅਤੇ ਇੱਕ ਮੈਂ ਸੈਪਰੇਟਲੀ ਆਪਣੀ ਸਾਰੀ ਜਿਹੜਾ ਕੈਲਗਰੀ ਤੋਂ ਸਾਰਾ ਸਫ਼ਰ ਆ ਸਰੀ ਤੱਕ ਦਾ ਉਹ ਰਿਕਾਰਡ ਕਰਾਂਗਾ। ਸੋ ਮਿਲਦੇ ਹਾਂ ਜੀ। ਅਜੇ ਤਾਂ ਮੈਂ ਸਮਾਨ ਸਮੂਨ ਟਿਕਾ ਕੇ ਆਪਣਾ ਬੈੱਡ ਬੁੱਡ ਜਿਹਾ ਲਾਉਣਾ ਵਾ ਗੱਡੀ ਦੇ ਵਿੱਚ, ਕੰਬਲ ਕੁੰਬਲ ਮੈਂ ਲਿਆਉਂਦੇ ਆ, ਕੰਬਲ ਇੱਕ ਅੱਧਾ ਥੱਲੇ ਵਿਛਾ ਲੈਣਾ, ਇੱਕ ਅੱਧਾ ਉੱਪਰ ਲੈ ਲੈਣਾ। ਸੋ ਕੱਲ੍ਹ ਨੂੰ ਮਿਲਦੇ ਹਾਂ ਆਪਾਂ, ਹੁਣ ਪਤਾ ਨਹੀਂ ਤੁਸੀਂ ਕਿਹੜੀ ਦੋਨਾਂ ਦੇ ਵਿੱਚ ਕੱਲ੍ਹ ਹੀ ਮਿਲਦੇ ਹਾਂ, ਜੇ ਸਰੀ ਦੇ ਸਫ਼ਰ ਵਾਲੀ ਆ ਉਹ ਵੀ ਕੱਲ੍ਹ ਨੂੰ ਮਿਲਦੇ ਹਾਂ, ਅਤੇ ਜੇ ਹਾਈਕ ਵਾਲੀ ਹੈ ਤਾਂ ਉਹ ਵੀ ਕੱਲ੍ਹ ਨੂੰ ਮਿਲਦੇ ਹਾਂ। ਮੋਰਨਿੰਗ ਜੀ ਸਾਰਿਆਂ ਨੂੰ। ਇਹ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਮਾਈਕ ਨਹੀਂ ਚੱਲ ਰਿਹਾ, ਮੈਂ ਰਿਕਾਰਡ ਕਰੀ ਗਿਆ। ਸੋ ਗੱਲ ਇੱਦਾਂ ਕਿ ਜੀ ਮੈਂ ਰਾਤੀ ਇੱਥੋਂ ਹੀ ਚਾਰਜ ਕਰਕੇ ਗੱਡੀ ਜਿੱਥੋਂ ਮੈਂ ਹਾਈਕ 'ਤੇ ਜਾਣਾ ਸੀ ਉਹਦੇ ਮੈਂ ਲਾਗੇ ਜਾ ਕੇ ਸੌਂ ਗਿਆ, ਅਤੇ ਇਹੋ ਸੋਚਿਆ ਕਿ ਰਾਤ ਹੀਟਿੰਗ ਚੱਲਦੀ ਰਹੂਗੀ ਅਤੇ 10-20% ਬੈਟਰੀ ਖਾ ਜੂਗੀ। ਪਰ ਜਦੋਂ ਸਵੇਰੇ ਉੱਠਿਆ, ਇੱਕ ਤਾਂ ਨੀਂਦ ਵੀ ਨਹੀਂ ਮੈਨੂੰ ਐਡੀ ਵਧੀਆ ਆਈ, ਕਿਉਂਕਿ ਮੈਨੂੰ ਥੋੜ੍ਹਾ ਥੋੜ੍ਹਾ ਡਰ ਸੀ ਮੈਂ ਰਾਤ ਨੂੰ ਉੱਠ ਕੇ ਕਿਲੋਮੀਟਰ ਚੈੱਕ ਕਰਦਾ ਰਿਹਾ ਕਿਤੇ ਸਾਰੀ ਬੈਟਰੀ ਨਾ ਮੁੱਕ ਜੇ, ਅਤੇ ਫਾਈਨਲੀ ਜਦੋਂ ਮੈਂ ਸਵੇਰੇ 7 ਵਜੇ ਉੱਠਿਆ ਤਾਂ ਇਹਦੀ ਬੈਟਰੀ ਸਿਰਫ 10-20% ਹੀ ਬਚੀ ਸੀ। ਸੋ ਮੈਨੂੰ ਫਿਰ ਵਾਪਸ ਇੱਥੇ ਕੈਨ ਮੋਰ ਹੀ ਆਉਣਾ ਪਿਆ, ਇੱਥੋਂ ਹੁਣ ਦੁਬਾਰਾ ਫਿਰ ਚਾਰਜ ਕਰਕੇ ਫਿਰ ਉੱਧਰ ਨੂੰ ਜਾਊਂਗਾ ਅਤੇ ਉੱਥੇ ਜਾ ਕੇ ਹਾਈਕ ਕਰੂੰਗਾ। ਅਤੇ ਜਿਹੜਾ ਮੈਂ ਮੱਥਾ ਟੇਕ ਰਿਹਾ, ਸੱਚੀ ਮੇਰਾ ਔਲਰੇਡੀ ਇਹਨੇ ਮੱਥਾ ਟਕਵਾਤਾ ਸੀ। ਰਾਤੀ ਸਾਰੀ ਚਾਰਜ ਕੀਤੀ ਅਤੇ ਉਸਦੇ ਬਾਵਜੂਦ ਬਸ ਰਾਤੀ ਹੀਟ ਚਲਾਈ ਆ ਅਤੇ ਕੋਈ 100 ਕਿਲੋਮੀਟਰ ਦਾ ਇਹਨੇ ਸਫ਼ਰ ਕੱਢਿਆ। ਸੋ ਬਾਹਲੀ ਖੱਜਲ ਖੁਆਰੀ ਸੀ। ਹਰ ਇੱਕ ਦੀ ਆਪੋ ਆਪਣੀ ਪਰਿਭਾਸ਼ਾ ਹੁੰਦੀ ਖੂਬਸੂਰਤੀ ਦੀ, ਕਿਸੇ ਨੂੰ ਕੁਝ ਸੋਹਣਾ ਲੱਗਦਾ ਅਤੇ ਕਿਸੇ ਨੂੰ ਹੋਰ ਕੁਝ। ਮੈਂ ਇੱਕ ਵਾਰੀ ਕਿਸੇ ਲੋਕਲ ਵੀਰ ਨੂੰ ਕਿਹਾ ਸੀ ਕਿ ਮੈਨੂੰ ਇਹ ਸਫ਼ਰ ਬਹੁਤ ਸੋਹਣਾ ਲੱਗਦਾ ਵਾ ਕੈਲਗਰੀ ਤੋਂ BC ਵਾਲਾ, ਅਤੇ ਉਹ ਵੀਰ ਕਹਿੰਦਾ ਕਿ ਕੀ ਸੋਹਣਾ ਯਾਰ, ਇੱਥੇ ਇੱਕੋ ਜਿਹਾ ਸਭ, ਕੋਈ ਤੀਜੀ ਕਿਸਮ ਦਾ ਰੁੱਖ ਨਹੀਂ ਆਉਂਦਾ ਰਸਤੇ 'ਚ। ਭਾਵੇਂ ਆਪਣੀ ਜਿੰਨੀ ਮਰਜ਼ੀ ਪ੍ਰੋਗਰਾਮਿੰਗ ਹੋ ਜਾਵੇ ਦੁਨੀਆ ਦੀਆਂ ਵੱਖ ਵੱਖ ਥਾਵਾਂ 'ਤੇ ਰਹਿ ਕੇ, ਪਰ ਮੋਸਟਲੀ ਪੰਜਾਬੀ ਬੰਦਿਆਂ ਨੂੰ ਸਨੋਅ ਦੇ ਪਹਾੜ ਸੋਹਣੇ ਲੱਗਦੇ ਹੀ ਆ। ਮੈਨੂੰ ਵੀ ਸਨੋਅ ਦਾ ਭਾਰ ਚੁੱਕੀਆਂ ਲਿਫੀਆਂ ਟਾਹਣੀਆਂ, ਸਿੱਧੇ ਰਸਤੇ ਉੱਚੇ ਪਹਾੜ, ਇਹ ਸਭ ਸੋਹਣਾ ਲੱਗਦਾ ਹੀ ਆ। ਬਟ ਇਹ ਰਸਤਾ ਕਾਫੀ ਰਿਸਕੀ ਵੀ ਮੰਨਿਆ ਜਾਂਦਾ ਅਤੇ ਵਿੰਟਰ 'ਚ ਤਾਂ ਹੋਰ ਵੀ ਜ਼ਿਆਦਾ। ਕਾਫੀ ਐਕਸੀਡੈਂਟ ਹੋਏ ਰਸਤੇ 'ਚ, ਮੈਨੂੰ ਮੇਰਾ ਸਪੈਨਿਸ਼ ਡਰਾਈਵਿੰਗ ਲਾਇਸੈਂਸ ਇਹੀ ਕਹਿੰਦਾ ਸੀ ਕਿ ਮੇਰੀ ਜਿੱਤ ਤੁਹਾਰੇ ਹੱਥ ਮੈਂ ਹੈ ਸਾਬੀ। ਸੋ ਮੈਂ ਆਪਣੀ ਹੱਡੀ ਪਸਲੀ ਅਤੇ ਇਹਦੀ ਇੱਜ਼ਤ ਦਾ ਪੂਰਾ ਖਿਆਲ ਰੱਖਿਆ। ਮੈਨੂੰ ਇੱਥੇ ਹੋ ਹੀ ਗਿਆ 1.5 ਘੰਟਾ। ਸੋ ਸਾਰੇ ਵੀਰ ਟਰੱਕਾਂ ਵਾਲੇ ਆਪਣੇ ਪੰਜਾਬੀ ਆ, ਹੈ ਨਾ, ਕੈਨੇਡਾ ਦੇ ਵਿੱਚ ਆਪਣੇ ਪੰਜਾਬੀ, US ਦੇ ਵਿੱਚ ਵੀ ਹੁਣ ਬਹੁਤ ਹੋ ਗਏ ਆ। ਸੋ ਮੈਂ ਇੱਥੇ ਵੇਖੀ ਜਾਂਦਾ ਮੁੰਡੇ ਇੱਧਰੋਂ ਉਤਰਦੇ ਆ, ਟਿਮ ਹਾਰਟਨ ਤੋਂ ਕਾਫੀ ਫੜੀ, ਕੁਝ ਖਾਣ ਨੂੰ ਫੜਿਆ। ਅਤੇ ਸੱਚੀ ਯਾਰ ਆੜੇ ਵੈਦਰ ਦੇ ਵਿੱਚ ਧੰਨ ਆ ਵੀਰੇ, ਉਹ ਜਿਹੜਾ ਵੀ ਤੁਹਾਡੇ 'ਚੋਂ ਵੇਖਦਾ, ਹੈ ਨਾ, ਟਰੈਕਿੰਗ ਵਾਲਾ ਵੀ। ਸੋ ਨੋਟ ਈਜ਼ੀ ਜੋਬ ਯਾਰ, ਇੰਨਾ ਭਾਰ, ਸੋ ਸਲਿਪਰੀ ਰੋਡਸ, ਅਤੇ ਮੈਂ ਹੈਰਾਨ ਇਹ ਹੁੰਦਾ ਵਾ, ਮੈਂ 'ਚ ਕੋਈ ਕੰਪੈਰੀਜ਼ਨ ਨਹੀਂ ਕਰਦਾ, ਹੈਰਾਨ ਮੈਂ ਇਸ ਕਰਕੇ ਹੁੰਦਾ ਕਿ ਜਿੱਦਾਂ ਮੈਂ ਕਹਿੰਦਾ ਵੀ ਯੂਰਪ ਦੇ ਵਿੱਚ ਟਰੈਕਿੰਗ ਦਾ ਲਾਇਸੈਂਸ ਲੈਣਾ ਕੋਈ 8-9 ਮਹੀਨੇ ਦੀ ਘੱਟੋ ਘੱਟ ਵੀ ਸਟੱਡੀ ਵਗੈਰਾ ਵਾ, ਬਟ ਇੱਥੇ ਕਾਫੀ ਈਜ਼ੀ ਆ। ਅਤੇ ਦੁਨੀਆ ਆਪਣੇ ਨਾਲੋਂ ਬਹੁਤ ਜੁਦਾ ਵਾ, ਵੀ ਇੰਡੀਆ ਤੋਂ ਆ ਕੇ ਤੁਸੀਂ ਏਡੀ ਜਲਦੀ ਇਹ ਸਕਿੱਲ ਅਕਵਾਇਰ ਕਰ ਲੈਂਦੇ ਹੋ, ਸਲੂਟ ਆ। ਆ ਵੀ ਜਾਂਦਾ ਵੀਰ ਇੱਕ ਭੱਜਾ ਆਪਣਾ ਹੀ। ਹੁਣੇ ਇੱਕ ਬੜੀ ਸ਼ੁਗਲ ਵਾਲੀ ਗੱਲ ਹੋਈ ਆ, ਉਹ ਜਿਹੜਾ ਵੀਰ ਅੱਗੇ ਉਹ ਉੱਥੋਂ ਹੀ ਨਾ,
ਉਹਨੂੰ ਲੱਗਾ ਕਿ ਮੈਂ ਵੀ ਟਰੱਕ ਵਾਲੀ ਹਾਂ। ਕਹਿੰਦਾ ਭਾਅ ਜੀ ਹਾਂ ਆਪਾਂ ਮਿਲੇ ਹਾਂ ਨਾ ਪਹਿਲਾਂ ਕਿਤੇ, ਉਹਨੂੰ ਸ਼ਕਲ ਉਹਨੇ ਕੋਈ ਵੀਡੀਓ 'ਚ ਦੇਖੀ ਹੋਊਗੀ। ਮੈਂ ਕਿਹਾ ਹਾਂ ਹਾਂ ਮਿਲੇ ਹਾਂ, ਅਤੇ ਉਹ ਪੁੱਛਣ ਲੱਗ ਪਿਆ ਕਹਿੰਦਾ ਕਿੱਧਰੋਂ ਲੋਡ ਲੈ ਕੇ ਆਉਂਦੇ ਪੈ ਜੇ। ਮੈਂ ਕਿਹਾ ਮੈਂ ਕੈਲਗਰੀ ਤੋਂ। ਉਹ ਮੇਰੇ ਕੋਲ ਰਸਤੇ ਪੁੱਛਣ ਲੱਗ ਪਿਆ ਅਤੇ ਉਹ ਆਪਾਂ ਉਹਨੂੰ ਕਹਿੰਦਾ ਤੁਸੀਂ ਕਿੱਧਰ BC ਚੱਲੇ ਜੇ? ਮੈਂ ਕਿਹਾ ਹਾਂ BC। ਅਤੇ ਉਹ ਵੀਰ ਅੱਗੇ ਉਹ ਰਸਤੇ ਦੱਸਣ ਲੱਗ ਪਿਆ ਵੀ ਗਾਂਹ ਅੱਗੇ ਬੜਾ ਬੁਰਾ ਹਾਲ ਜੇ, ਧਿਆਨ ਨਾ ਜਾਇਓ, ਜੇ ਲੋਡ ਹੌਲਾ ਜੇ ਫਿਰ ਬਾਹਲੇ ਧਿਆਨ ਆ, ਜੇ ਭਾਰਾ ਵਾ ਫਿਰ ਸਰ ਜਾਂਦਾ। ਸੋ ਗੱਲ ਇਹ ਵੀ ਪਤਾ ਲੱਗੀ ਕਿ ਹੌਲੇ ਲੋਡ ਦੇ ਨਾਲ ਸਿਆਪਾ ਪੈਂਦਾ ਵਾ, ਭਾਰਾ ਈਜ਼ੀ ਹੁੰਦਾ। ਚਲੋ ਜੀ, ਮੈਂ ਤਾਂ ਕਾਲੀ ਕਾਲੀ ਗੱਡੀ 'ਚ ਬੈਠਾ ਕਿਤੇ ਵੀਰ ਵੇਖ ਹੀ ਨਾ ਲਵੇ। ਸੋ ਮੈਂ ਨਹੀਂ ਚਾਹੁੰਦਾ ਮੈਂ ਕਿ ਅਗਲਾ ਸੋਚੇ ਯਾਰ ਇਹ ਬੰਦਾ ਮੇਰਾ ਫੱਦੂ ਖਿੱਚ ਗਿਆ, ਬਟ ਚੱਕਰ ਇਹ ਆ ਕਿ ਮੈਂ ਵੀ ਨਹੀਂ ਚਾਹੁੰਦਾ ਹੈ ਨਾ ਵੀ ਉਹ ਕਵੇ ਆਪਾਂ ਮਿਲੇ ਹਾਂ ਪਹਿਲਾਂ ਕਿਤੇ, ਮੈਂ ਫਿਰ ਦੱਸਾਂ ਵੀ ਨਹੀਂ ਮੈਂ ਵੀਡੀਓਜ਼ ਬਣਾਉਣਾ, ਤੁਸੀਂ ਮੇਰੀ ਵੀਡੀਓ 'ਚ ਦੇਖਿਆ ਹੋਣਾ। ਸਰ ਜਿੱਧਰ ਨੂੰ ਵੀਰ ਤੋਰੀ ਗਿਆ ਆਪਾਂ ਉੱਧਰ ਨੂੰ ਤੋਰੀ ਗਏ। ਹੁਣ 150 ਕਿਲੋਮੀਟਰ ਬਾਅਦ ਤਾਂ ਰੈਵਲ ਸਟੋਕ ਰੁਕ ਜਾਣਾ, ਅਤੇ ਨੈਕਸਟ ਫਿਰ ਕੱਲ੍ਹ ਨੂੰ ਹੋਪਫੁਲੀ ਰਾਤ ਤੱਕ ਬਾਕੀ ਰਹਿੰਦਾ ਸਫ਼ਰ ਪੂਰਾ ਕਰ ਲਾਂਗੇ। ਅਤੇ ਰੈਵਲ ਸਟੋਕ ਦੇ ਲਾਗੇ ਮੈਂ ਲੱਭਦਾ ਪਿਆ ਸੀ ਮੇਨ ਹਾਈਕਸ ਵਗੈਰਾ, ਉਹਦੇ ਇੱਕ ਮੈਂ ਆਲਰੇਡੀ ਕੀਤੀ ਪਈ ਜਿਹੜੀ ਸਭ ਤੋਂ ਮਸ਼ਹੂਰ ਹੈ ਨਾ, ਏਵਾ ਐਂਡ ਮਿਲਰ ਲੇਕ, ਉਹ 26 ਕਿਲੋਮੀਟਰ ਦੀ ਟ੍ਰੇਲ ਆ। ਇੱਕ ਉਸ ਦੇ ਅੱਗੇ ਇੱਕ ਹੋਰ ਆ ਜਾਂਦੀ 3 ਲੇਕਾਂ, ਉਹ ਮੈਂ ਗਰਮੀਆਂ 'ਚ ਕੀਤੀ ਪਈ ਆ, ਬਹੁਤ ਬਹੁਤ ਸੋਹਣੀ ਆ ਅਤੇ ਕਾਫੀ ਟਫ ਆ। ਟਫ ਇਨ ਦਾ ਸੈਂਸ ਕਿ ਉਦੋਂ ਵੀ ਮੈਂ 11 ਵਜੇ ਸ਼ੁਰੂ ਕੀਤੀ ਸੀ, ਮੈਂ 5-6 ਵਜੇ ਤੱਕ ਮਹਾਂ ਖਿੱਚ ਕੇ ਪੂਰੀ ਕੀਤੀ ਸੀ ਉਦੋਂ, ਅਤੇ ਹੁਣ ਤਾਂ ਡੇ ਲਾਈਟ ਹੀ ਬਹੁਤ ਥੋੜ੍ਹੀ ਆ। ਸੋ ਉਹ ਤਾਂ ਨਹੀਂ ਕਰਨੀ, ਜਾਂ ਤਾਂ ਰੈਵਲ ਸਟੋਕ ਕੋਈ ਹੋਰ ਮੈਂ ਵੇਖ ਰਿਹਾ ਸੀ, ਕੋਈ ਖਾਸ ਨਹੀਂ ਹੈਗੀਆਂ ਉੱਥੇ ਹੋਰ, ਜਾਂ ਕਿਸੇ ਨੈਕਸਟ ਸਟੇਸ਼ਨ 'ਤੇ ਦੇਖ ਲਾਂਗੇ। ਅਤੇ ਅੱਗੇ ਮੈਂ ਵੈਨਕੂਵਰ ਦੇ ਵਿੱਚ ਬੁੱਕ ਕੀਤਾ ਪਿਆ ਵਾ ਆਪਣੇ ਗੈਟੀਵਰ ਗਾਈਡ ਦੇ ਥਰੂ ਹੀ, ਵੈਨਕੂਵਰ ਦੇ ਅੱਗੇ ਡਾ ਜਹਾਜ਼ ਦੇ ਥਰੂ, ਉਹ ਸੀ ਪਲੇਨ ਜਹਾਜ਼ 'ਚ ਉਹ ਸਮੁੰਦਰ 'ਚ ਨਹੀਂ ਡਾਉਂਦੇ ਹੁੰਦੇ, ਸਮੁੰਦਰ 'ਚ ਜੀ ਲਾਹਦੇ ਹੁੰਦੇ, ਉਹ ਬੁੱਕ ਕਰਾਇਆ ਪਿਆ ਵਾ। ਸੋ ਉਹ ਵੈਨਕੂਵਰ ਜਾ ਕਰਾਂਗੇ ਆਪਾਂ। ਬਾਕੀ ਨਾ ਦੁਨੀਆਂ ਦੇ ਵਿੱਚ ਕੁਝ ਕੁ ਐਸੇ ਇਨਸਾਨ ਹੈਗੇ ਆ, ਜਾਣੀ ਕਿ ਸੈਲੀਬ੍ਰਿਟੀ, ਜਿਨ੍ਹਾਂ ਨੂੰ ਮੈਂ ਬਹੁਤ ਬਹੁਤ ਮਿਲਣਾ ਚਾਹੁੰਦਾ ਵਾਂ, ਉਹਨਾਂ ਵਿੱਚ ਨਾ ਇੱਕ ਸੁਹੇਲ ਅਹਿਮਦ ਵੀ ਐਸਾ ਬੰਦਾ ਵਾ। ਸੁਹੇਲ ਅਹਿਮਦ ਜਾਣੀ ਕਿ ਜਿਹਨੂੰ ਅਜ਼ੀਜ਼ੀ ਆਖ ਦਿੰਦੇ ਹੈ ਨਾ, ਉਹ ਬੰਦਾ ਯਾਰ ਮੈਨੂੰ ਬਹੁਤ ਘੈਂਟ ਲੱਗਦਾ। ਸੋ ਕਦੀ ਉਹਨਾਂ ਵੀ ਮਿਲਾਂਗੇ, ਮੈਂ ਐਸਾ ਦੇ ਵੇਖ ਰਿਹਾ ਉਹਦਾ ਹੀ ਇੱਕ ਡਰਾਮਾ ਯੂਟਿਊਬ 'ਤੇ ਨਾਲੋਂ ਨਾਲ ਲੱਗ ਜਾ, ਬਾਅਦ 'ਚ ਹੀ ਲਾਉਣਾ। ਚਲੋ, ਫੀਕਾ ਇਨ ਅਮਰੀਕਾ ਹੈ ਨਾ, ਅਸਲ 'ਚ ਇੱਦਾਂ ਵੇਖਿਓ, ਜੇ ਕਿਸੇ ਨੇ ਨਹੀਂ ਵੇਖਿਆ ਯੂਟਿਊਬ ਦੇ ਉੱਤੇ ਹੈਗਾ ਵਾ ਫੀਕਾ ਇਨ ਅਮਰੀਕਾ, ਬਹੁਤ ਬਹੁਤ ਸੋਹਣਾ ਡਰਾਮਾ। ਲਓ ਜੀ, ਸੂਰਜ ਗਿਆ, ਲਾਈਟਾਂ ਜਾਗੀਆਂ, ਮੈਨੂੰ ਲੱਗ ਜਾਣੇ 2-2.5 ਘੰਟੇ, ਅਤੇ ਹੁਣ ਤਾਂ ਰਸਤਾ ਕੁਝ ਦਿਖਣਾ ਨਹੀਂ ਮੇਰੇ ਖਿਆਲ ਨਾਲ, ਜੇ ਕੁਛ ਹੋਇਆ ਚੰਗਾ ਤਾਂ ਕਰ ਲਾਂਗੇ ਰਿਕਾਰਡ, ਨਹੀਂ ਤਾਂ ਮਿਲਦੇ ਹਾਂ ਰੈਵਲ ਸਟੋਕ ਪਹੁੰਚ ਕੇ ਜੀ। ਅੱਗੇ ਅਨਫੋਰਚੁਨੇਟਲੀ ਹੋਇਆ ਪਿਆ ਜੀ ਐਕਸੀਡੈਂਟ, ਅਤੇ ਸਨੋਅ ਡਿੱਗ ਰਹੀ ਹੈ ਰਾਤ ਨੂੰ ਹਲਕੀ ਹਲਕੀ। ਉਹ ਟਰੱਕ ਵਾਲਾ ਵੀਰ ਹੀ ਆ ਜਿਹਦਾ ਐਕਸੀਡੈਂਟ ਹੋਇਆ ਪਿਆ। ਇਹੀ ਹੀ ਪ੍ਰੋਬਲਮ ਜੀ, ਇੱਕ ਇਹ ਵੀ ਪ੍ਰੋਬਲਮ ਟੈਸਲਾ ਦੀ। ਹੁਣ ਮੈਂ ਚੰਗਾ ਕੀਤਾ ਕਿ ਇੱਥੇ ਕਿਹੜਾ ਸੀ, ਗੋਲਡਨ ਮੈਂ ਕਾਫੀ ਜ਼ਿਆਦਾ ਕਹਿ ਲਓ ਕਿ ਅਪਰੋਕਸੀਮੇਟਲੀ ਮੈਂ 200 ਕਿਲੋਮੀਟਰ ਉੱਪਰ ਚਾਰਜ ਕਰਕੇ ਤੁਰਿਆ ਸੀ। ਜੇ ਮੈਂ ਜਿੰਨੀ ਇਹ ਆਉਂਦੀ ਹੈ, ਜੇ ਇਹਦੇ ਕਹਿਣ 'ਤੇ ਤੁਰ ਪੈਂਦਾ ਅਤੇ ਆਹ ਜਾਮ ਜੀ 1.5 ਘੰਟਾ ਵੀ ਚੱਲ ਗਿਆ ਨਾ, ਅਤੇ ਗੱਡੀ ਇੱਥੇ ਬੱਸ ਹੋ ਜਾਣੀ ਸੀ ਇਹਦੀ। ਸੋ ਅਫਕੋਰਸ ਆਈਡਲ ਮੋਡ ਦੇ ਵਿੱਚ ਘੱਟ ਕੰਜ਼ਿਊਮ ਕਰਦੀ ਆ ਬੈਟਰੀ, ਬਟ ਸਟਿਲ ਇਹੋ ਹੀ ਪੰਗਾ। ਹੁਣ ਮੇਰਾ ਅਜੇ ਟਾਈਮ ਤਾਂ ਇੱਧਰ BC ਦੇ ਵਿੱਚ ਕਿੰਨੇ ਹੋਏ ਆ, 6:30 ਹੋਣ ਵਾਲੇ ਆ, ਅਤੇ ਮੈਂ ਪਹੁੰਚ ਲਿਆ ਰੈਵਲ ਸਟੋਕ, ਅਤੇ ਮੈਂ ਉੱਥੋਂ ਚਾਰਜ ਕਰਕੇ ਮਨ 'ਚ ਆਉਂਦਾ ਵੀ ਆ ਕਿ ਤੁਰ ਪਾਂ ਯਾਰ, ਵੀ ਕਿਹੜਾ ਜੇ ਇੰਨੇ ਥੱਕੇ ਹਾਂ ਵੀ ਤੁਰੇ ਚੱਲਦੇ ਹਾਂ, ਬਟ ਫਿਰ ਇਹੋ ਡਰ ਆਉਂਦਾ ਕਿ ਜੇ ਰਾਤ ਨੂੰ ਕੋਈ ਰੋਡ ਬੰਦ ਹੋਈ ਤਾਂ ਮੈਨੂੰ ਰੁਕਣਾ ਪੈ ਗਿਆ, ਅਤੇ ਇਹਦਾ ਇਹ ਸਿਆਪਾ ਜੇ। ਹਾਂ, ਮੈਂ ਬਹੁਤ ਫੈਨ ਹੁੰਦਾ ਇਹ ਐਲਨ ਮਸਕ ਦਾ, ਗੁੱਡ ਆ ਉਹਦਾ ਕੰਮ, ਬਟ ਆਈ ਥਿੰਕ ਅਜੇ ਨਹੀਂ ਯਾਰ, ਇਹ ਸਿਰਫ ਥੋੜ੍ਹੇ ਛੋਟੇ ਟ੍ਰਿਪਾਂ ਲਈ ਹੀ ਅਜੇ ਕਾਮਯਾਬ ਆ। ਕਾਸ਼ ਇਹੋ ਜਿੰਨੀ ਟੈਕਨੋਲੋਜੀ ਇਹਦੇ ਵਿੱਚ ਆਉਂਦੀ ਹੈ ਨਾ ਸੈਲਫ ਡਰਾਈਵ ਦੀ, ਕੋਈ ਇਹ ਸਾਰੀ ਪਾਵੇ ਨਾ ਹਾਈਬ੍ਰਿਡ ਗੱਡੀਆਂ ਵਗੈਰਾ ਦੇ ਵਿੱਚ, ਉਹਨਾਂ ਦੇ ਵਿੱਚ ਪਾਵੇ, ਅਤੇ ਮੈਂ ਕਹਿੰਦਾ ਕਿਆ ਬਾਤ ਆ ਹੈ ਨਾ। ਟੈਕਨੋਲੋਜੀ ਵਾਈਜ਼ ਇਹ ਬਹੁਤ ਬਹੁਤ ਐਡਵਾਂਸ ਹੋ ਰਿਹਾ ਗੱਡੀਆਂ ਨਾਲੋਂ, ਬਟ ਅਨਫੋਰਚੁਨੇਟਲੀ ਅਜੇ ਬੈਟਰੀਆਂ ਵਾਲਾ ਅਜੇ ਉਹਦੇ ਵਿੱਚ ਨਹੀਂ ਅਜੇ ਇੰਨਾ ਜ਼ਮਾਨਾ ਆਇਆ। ਸੋ ਮੈਂ ਟੈਸਲਾ ਜਿਹੜੇ ਭਰੇ ਹੀ ਲੈਣ ਦਾ ਸੋਚਦੇ ਆ,
ਲਓ ਕਿਤੇ ਹੋਰ ਦੁਨੀਆ ਦੇ ਹਿੱਸਿਆਂ 'ਚ ਲਓ ਬਟ ਨਹੀਂ ਪਰ ਸੇਮ ਪ੍ਰੋਬਲਮ ਮੈਂ ਸਵੀਡਨ ਵੀ ਵੇਖੀ ਸਵੀਡਨ ਵੀ ਲੋਕ ਸਵੀਡਨ ਦੇ 'ਚ ਆਈ ਥਿੰਕ ਸਟ੍ਰਾਈਕ ਹੀ ਚੱਲਣ ਡਈ ਆ ਟੈਸਲਾ ਵਾਲਿਆਂ ਨਾਲ ਉੱਥੇ ਤਾਂ ਉਹਨਾਂ ਦੇ ਨਾ ਕੋਈ ਚਾਰਜਿੰਗ ਸਟੇਸ਼ਨ ਕਰ ਰਿਹਾ ਵਾ ਸੋ ਵੀ ਉਹਨਾਂ ਦੇ ਜਿਹੜੇ ਕੀ ਕਹਿੰਦੇ ਆ ਸੁਪਰ ਚਾਰਜਿੰਗ ਸਟੇਸ਼ਨ ਜੇ ਵੀ ਬੰਦ ਪਏ ਆ ਸੋ ਉੱਥੇ ਟੋਟਲੀ ਯਾਨੀ ਕਿ ਜਿਹੜਾ ਟੈਸਲਾ ਦਾ ਸਟਾਫ ਆ ਔਨ ਸਟ੍ਰਾਈਕ ਆ ਅਤੇ ਉਹ ਵਰਕਿੰਗ ਕੰਡੀਸ਼ਨ ਕਰਕੇ ਆ ਸੋ ਮੇ ਬੀ ਆਈ ਡੋਂਟ ਨੋ ਵੀ ਕਿੱਦਾਂ ਦਾ ਕੀ ਕਿਹੜੀਆਂ ਕੰਡੀਸ਼ਨ ਆ ਜਿਨ੍ਹਾਂ ਤੋਂ ਨਹੀਂ ਐਗਰੀ ਹੈਗੇ ਬਟ ਗੱਲ ਇਹ ਕਿ ਹਾਂ ਮੈਂ ਸਵੀਡਨ ਨੋਰਵੇ ਜਿਹੜੀਆਂ ਉਹ ਵੀ ਬਹੁਤ ਅੱਤ ਦੀਆਂ ਠੰਡੀਆਂ ਕੰਟਰੀਆਂ ਵਾ ਉਹਨਾਂ ਦੇ ਵਿੱਚ ਵੀ ਲੋਕਾਂ ਨੂੰ ਕੰਪਲੇਂਟ ਕਰਦੇ ਆ ਮੈਂ ਵੇਖਿਆ ਹੀ ਆ ਅਤੇ ਆ ਮੈਂ ਜਿਹੜੇ ਜਿਹੜੇ ਚਾਰਜਿੰਗ ਸਟੇਸ਼ਨਾਂ 'ਤੇ ਰੁਕਿਆ ਵਾ ਖਾਸ ਕਰ ਲੋਕ ਮੋਸਟਲੀ ਅਨਹੈਪੀ ਆ ਕਹਿੰਦੇ ਵੀ ਫਸੇ ਪਏ ਆ ਸੋ ਅਜੇ ਨਹੀਂ ਭਾਈ ਜੇ ਤੁਸੀਂ ਸਿਰਫ ਘਰੋਂ ਦਫ਼ਤਰ ਜਾਣਾ 10 ਕਿਲੋਮੀਟਰ 20 ਕਿਲੋਮੀਟਰ ਈਵਨ ਡੇਲੀ ਜੇ ਤੁਸੀਂ 50 ਕਿਲੋਮੀਟਰ ਵੀ ਚਲਾਉਣੀ ਆ ਨਾ 50 ਕਿਲੋਮੀਟਰ ਤੋਂ ਜਦੋਂ ਤੁਸੀਂ ਉੱਪਰ ਚਲੇ ਗਏ ਤਾਂ ਇਹ ਤੁਹਾਡੀ ਸਿਰਦਰਦੀ ਪੱਕੀ ਆ ਇਹ ਤੁਹਾਡਾ ਧਿਆਨ ਰਹਿਣਾ ਹੀ ਰਹਿਣਾ ਵਾ ਵੀ ਕਿਤੇ ਟ੍ਰੈਫਿਕ 'ਚ ਨਾ ਫਸ ਜਾਈਏ ਕਿਤੇ ਉਹ ਨਾ ਹੋ ਜਾਈਏ ਕਈ ਵਾਰੀ ਕਿਉਂਕਿ ਬੰਦੇ ਕੋਈ ਕੋਈ ਦਿਨ ਹੁੰਦਾ ਨਹੀਂ ਵੀ ਚਾਰਜ ਹੁੰਦੀ ਗੱਡੀ ਇਹ ਵੀ ਗੱਲ ਆ ਨਾ ਹਾਂ ਕਿਉਂਕਿ ਜਿਹੜੇ ਘਰਾਂ ਦੇ ਚਾਰਜ ਆ ਉਹ ਵੀ ਸੁਪਰ ਫਾਸਟ ਨਹੀਂ ਨਾ ਕਿ ਸਾਰੀ ਰਾਤ ਲੱਗੀ ਰਹੂਗੀ ਅਤੇ ਫੁੱਲੀ ਚਾਰਜ ਹੋ ਜਾਣੀ ਆ ਉਹਦੀ ਸਪੀਡ ਬਹੁਤ ਸਲੋਅ ਹੁੰਦੀ ਜਿਹੜੀ ਆਪਾਂ ਘਰਾਂ ਚਾਰਜ ਕਰੀਦੀ ਹੈ ਅਤੇ ਉਹਨੇ ਥੋੜ੍ਹੀ ਰਾਤੋਂ ਰਾਤ 400-500 ਕਿਲੋਮੀਟਰ ਵਾਸਤੇ ਫੁੱਲੀ ਚਾਰਜ ਕਰਕੇ ਦੇ ਦੇਣੀ ਜਾਂ ਤੁਹਾਨੂੰ ਬਾਹਲਾ ਫਾਸਟ ਚਾਰਜਰ ਲਵਾਉਣਾ ਪੈਣਾ ਵਾ ਸੋ ਟੈਸਲਾ ਦੀਆਂ ਬੁਰਾਈਆਂ ਰੱਜ ਰੱਜ ਕੇ ਹੋ ਰਹੀਆਂ ਜੀ ਕੈਨੇਡਾ ਗੱਡੀ ਉਹ ਹੀ ਜਿੱਦਾਂ ਮੈਂ ਗਿਆ ਟੈਕਨੋਲੋਜੀ ਵਾਈਜ਼ ਬਟ ਇਹਦੀ ਰੱਡ ਇੱਥੇ ਕੀ ਆ ਜ਼ਿਆਦਾ ਵੈਸੇ ਨਾ ਵੀ ਉਸ ਤੋਂ ਅੱਗੇ ਤਾਂ ਕਿੱਧਰ ਗਿਆ ਆ ਰੈਵਲ ਸਟੋਕ ਤੋਂ ਬਾਅਦ ਨਹੀਂ ਕਿਤੇ ਪੀਲਾ ਤਾਂ ਲਾਲ ਹੈਗਾ ਵੈਸੇ ਹੈ ਨਾ ਪਹੁੰਚ ਕੇ ਹੀ ਵੇਖਦੇ ਹਾਂ ਜੇ ਇਰਾਦਾ ਜਿਹਾ ਬਣਿਆ ਇੱਥੇ ਕੀ ਆ ਆੜਾ ਆ ਤਾਂ ਹੁਣ ਬਾਹਲਾ ਹੀ ਲਾਲ ਹੋਇਆ ਫਿਰਦਾ ਨਾ ਇੱਕ ਇੱਥੇ ਕੀ ਆ ਐਕਸੀਡੈਂਟ ਹੋਇਆ ਕਿਤੇ ਅੱਗੇ ਵੀ ਹੋਇਆ ਹੋਣਾ ਜਾਂ ਤਾਂ ਫਿਰ ਲਓ ਜੀ ਪਹੁੰਚ ਗਏ ਰੈਵਲ ਸਟੋਕ ਉੱਥੇ ਆਪਾਂ ਨੂੰ ਲੱਗ ਗਿਆ 40-45 ਮਿੰਟ ਉੱਥੇ 2 ਹੋਏ ਪਏ ਸੀ ਟਰੱਕਾਂ ਦੇ ਐਕਸੀਡੈਂਟ ਪਲਟੇ ਹੀ ਪਏ ਸੀ ਇੱਕ ਹੋਰਾਂ ਸੀ ਉਸ ਤੋਂ ਬਾਅਦ ਅੱਗੇ ਜਾ ਕੇ ਇੱਕ ਹੋਰ ਸੀ ਇੱਧਰ ਭਾਊ ਹੋਣੇ ਹੈ ਨਾ ਪੂਰਾ ਪੂਰਾ ਘਰ ਹੀ ਲਈ ਫਿਰਦੇ ਆ ਉਹ ਰੁਕ ਜਾ ਜੇ ਬੀਬਾ ਚਾਰਜ ਲੱਗੇ ਕਰਨ ਹੁਣ ਇਹ ਨਹੀਂ ਤੁਰਨਾ 1.5 ਘੰਟਾ ਲੱਗਾ ਸੋ ਇੱਥੋਂ ਆਪਣਾ ਸਫ਼ਰ ਹੈਗਾ ਹੋਣਾ 213 ਕਿਲੋਮੀਟਰ ਅਤੇ ਗੱਡੀ ਆਪਾਂ ਚਾਰਜ ਕਰ ਲਈ ਆ 425 ਕਿਲੋਮੀਟਰ ਸੋ ਡਬਲ ਕਰ ਲਈ ਆ ਮੇਰੇ ਖਿਆਲ ਨਾਲ ਸਫੀਸ਼ੈਂਟ ਹੋਊਗੀ ਅਤੇ ਸਾਫ਼ ਹੀ ਆ ਹੈ ਨਾ ਥੋੜ੍ਹਾ ਜਿਹਾ ਹੀ ਆ ਇੱਕ ਥਾਂ ਯੈਲੋ ਜਿਹਾ ਟੋਟਾ ਅਤੇ ਮੇਰੇ ਖਿਆਲ ਨਾਲ ਯਾਰ ਵੀ ਚੱਲਦੇ ਹੀ ਆ ਇੱਥੋਂ ਹੈ ਨਾ ਵੀ ਕਿਉਂਕਿ ਨੀਂਦ ਨਹੀਂ ਆ ਰਹੀ ਮੈਨੂੰ ਇੱਥੇ ਪਿੱਛੇ ਬੈਠੇ ਮੈਂ ਪਾਸੇ ਹੀ ਮਰੀ ਜਾਣੇ ਅਤੇ ਉਹਦੀ ਬਜਾਏ ਨਾਲੇ ਇੱਥੇ ਰੈਵਲ ਸਟੋਕ ਦੇ ਲਾਗੇ ਜਿੱਦਾਂ ਮੈਂ ਕਿਹਾ ਸੀ ਕੋਈ ਹਾਈਕ ਵਗੈਰਾ ਹੋਈਆਂ ਹੁਣ ਕੁਛ ਹੈ ਨਹੀਂ ਕੈਂਪ ਲੂਪਸ ਜਾ ਕੇ ਵੇਖ ਲਾਂਗੇ ਹੈ ਨਾ ਉਹ ਨਵਾਂ ਵਾ ਵੈਸੇ ਤਾਂ ਨਾ ਰੈਵਲ ਸਟੋਕ ਦਾ ਜਿਹੜਾ ਹਿੱਸਾ ਹੈਗਾ ਵਾ ਜਿੱਥੇ ਸ਼ਹਿਰ ਜਿਹਾ ਵਸਿਆ ਵਾ ਨਹਿਰ ਦੇ ਕੰਢੇ ਕੰਢੇ ਉਹ ਬਹੁਤ ਸੋਹਣਾ ਵਾ ਅਤੇ ਪਰ ਮੇਰਾ ਇਰਾਦਾ ਇਹੋ ਜਿਹਾ ਕਿ ਚੱਲਦੇ ਹਾਂ ਇੱਥੋਂ ਹਾਂ ਬੜੇ ਲਾਏ ਆ ਵੀ ਪਹੁੰਚ ਗਏ ਜੀ ਕੈਮਲੂਪਸ ਦੱਸਦਾ ਤੁਹਾਨੂੰ ਡਰਾਈਵ ਕਿੱਦਾਂ ਦੀ ਰਹੀ ਇੱਕ ਨਾ ਮੈਂ ਇਹ ਚੀਜ਼ ਸੋਚਦਾ ਵਾ ਵੇਖੋ ਵੀ ਇੱਥੇ ਸਿਆਲਾਂ ਦੇ ਵਿੱਚ ਜੁਰਮਾਨੇ ਜੁਰਮੂਨੇ ਹੋਣ ਦਾ ਹੈ ਨਾ ਖਦਸ਼ਾ ਘੱਟ ਹੀ ਰਹਿੰਦਾ ਨੰਬਰ ਪਲੇਟਾਂ ਮੇਰੀ ਨਹੀਂ ਬਹੁਤੀਆਂ ਗੱਡੀਆਂ ਦੀ ਇਹੋ ਹੀ ਹਾਲ ਰਹਿੰਦਾ ਵਾ ਸੋ ਰੈਵਲ ਸਟੋਕ ਤੋਂ ਯਾਨੀ ਕਿ ਜਿਹੜਾ 1 ਘੰਟੇ ਡਰਾਈਵ ਸੀ ਨਾ ਉੱਥੋਂ ਉਹ ਵਾਕਈ ਬਹੁਤ ਟਫ਼ ਸੀ ਸਲਿਪਰੀ ਬਹੁਤ ਸੀ ਦਿਖਦਾ ਬਹੁਤ ਘੱਟ ਸੀ ਸਨੋਅ ਸੀ ਗੱਡੀਆਂ ਸਨੋਅ ਡਾ ਰਹੀਆਂ ਸੀ ਸੋ ਉਹ ਇੱਦਾਂ ਦੀ ਡਰਾਈਵ ਸੀ ਕਿ ਵਾਕਈ ਬੰਦਾ ਅੱਖ ਨਹੀਂ ਚਮਕ ਸਕਦਾ ਉਹ ਡੇ ਘੰਟਾ ਕੇ ਇੱਦਾਂ ਦੀ ਸੀ ਬਹੁਤ ਹੀ ਹੁਣ ਜਿਵੇਂ ਜਿਵੇਂ ਇੱਧਰ BCL ਨੂੰ ਆਏ ਹਾਂ ਅਤੇ ਟੈਂਪਰੇਚਰ ਵੀ ਹੁਣ ਕਿੰਨਾ ਕੁ ਰਹਿ ਗਿਆ ਮੇਰੇ ਖਿਆਲ ਦੇ ਨਾਲ -5-7 ਹੀ ਇੱਥੇ ਤਾਂ ਅਤੇ ਬੈਟਰੀ ਵੀ ਟਾਈਮ ਕੱਢਣ ਲੱਗ ਪਈ ਆ ਇੱਕ ਹੀ ਇਹਨੇ ਵੀ ਕਹਿ ਲਓ ਜੋ ਦੱਸਦੀ ਆ ਉੱਥੋਂ ਆਪਾਂ ਤੁਰੇ ਸੀ 400 ਦੇ ਨਾਲ ਹੈ ਨਾ ਅਤੇ ਹੁਣ ਇੱਥੇ ਪਹੁੰਚ ਕੇ 400 ਦੇ ਨਾਲ ਤੁਰੇ ਸੀ 425-410 ਸ਼ਾਇਦ 211 ਕਿਲੋਮੀਟਰ ਸੀ ਅਤੇ 143 ਕਿਲੋਮੀਟਰ ਹੈਗੇ ਆ ਜੇ ਇਹੋ ਹੀ ਕੰਮ ਮੈਂ ਉੱਥੇ ਕਰ ਰਿਹਾ ਹੁੰਦਾ ਅਲਬਰਟਾ ਦੇ ਵਿੱਚ ਠੰਡੇ ਇਲਾਕਿਆਂ ਦੇ ਵਿੱਚ ਅਤੇ ਹਾਰਡਲੀ ਮਹਾਂ ਹੀ ਪਹੁੰਚਣੀ ਸੀ ਮਹਾਂ ਹੀ 2-4% ਦੇ ਨਾਲ ਹੀ ਸੋ ਆਹ ਚੱਕਰ ਆ ਜੀ ਬਾਕੀ ਆਹ ਨਾ ਮੈਂ ਗੱਡੀ ਆ ਜਦੋਂ ਟੈਸਲਾ ਚਾਰਜ ਕਰਦਾ ਨਾ ਜਿੱਥੇ ਕੱਲ੍ਹ ਲਾਗੇ ਬੱਤੀ ਵਾਲੇ ਲੱਗੇ ਆ ਉਹਦੇ ਲਾਗੇ ਲਾਉਣਾ ਹੁੰਦਾ ਵੀ ਜਿਹੜੀ ਕਰੰਟ ਏਡੀ ਦੂਰ ਜਾਂਦੇ ਆ ਮੇ ਬੀ ਥੋੜ੍ਹਾ ਬਹੁਤ ਸਲੋਅ ਪੈ ਜਾਂਦਾ ਹੋਵੇ ਪਤਾ ਨਹੀਂ ਕਿੰਨਾ ਕਿ ਲੋਜੀਕਲ ਹੈਗਾ ਕਿ ਨਹੀਂ ਹੈਗਾ ਅਤੇ ਆਉਂਦਿਆਂ
ਅੱਜ ਮੈਂ ਸਵੇਰ ਦਾ ਖਾਧਾ ਕੀ ਸਵੇਰ ਦੇ ਫਰੂਟ ਜਿਹੇ ਖਾਧੇ ਸੀ ਹਾਂ ਕੁਛ ਸਮਾਨ ਅੱਜ ਬਣਾਇਆ ਵੀ ਕੁਛ ਨਹੀਂ ਅਤੇ ਇਸ ਕਰਕੇ ਕਰੇਵਿੰਗ ਜੀ ਹੋ ਗਈ ਬਰਗਰ ਦੀ ਸੋ ਬਰਗਰ ਲਿਆ ਆਪਾਂ ਲੈ ਥੋੜ੍ਹਾ ਜਿਹਾ ਚਾਰਜ ਕਰਕੇ ਇਹਨੂੰ ਅਤੇ ਉਹ ਉੱਥੇ ਕਿਤੇ ਲਾ ਕੇ ਅਤੇ ਇਹਦੇ ਵਿੱਚ ਸੌਂਦੇ ਹਾਂ ਜੀ ਮਿਲਦੇ ਹਾਂ ਜੀ ਕੱਲ੍ਹ ਨੂੰ ਦੇਖਦੇ ਹਾਂ ਹੁਣ ਨਾਲੇ ਖਾਂਦਾ ਖਾਂਦਾ ਕੋਈ ਲੱਭਦਾ ਵਾ ਸਵੇਰੇ ਘੁੰਮਣ ਨੂੰ ਜੇ ਕੁਛ ਡੀਸੈਂਟ ਜਿਹਾ ਲੱਭ ਗਿਆ ਤਾਂ ਸਵੇਰੇ ਉੱਧਰ ਨੂੰ ਘੁੰਮਾਂਗੇ ਅਤੇ ਨਹੀਂ ਤਾਂ ਫਿਰ ਕੱਲ੍ਹ ਨੂੰ ਸਰੀ ਪਹੁੰਚਦੇ ਹਾਂ ਹਿੰਦੀ 'ਚ ਸਵਾਲ ਹੋਣਾ ਜਾ ਕੇ ਮਿਲਦੇ ਹਾਂ ਗੁੱਡ ਮਾਰਨਿੰਗ ਜੀ ਬਿਲਕੁਲ ਨੀਂਦ ਨਹੀਂ ਆਈ ਘੰਟਾ ਕੀ ਸੁੱਤਾ ਮੇਰੇ ਖਿਆਲ ਦੇ ਨਾਲ ਮੈਂ ਰਾਤੀ ਇੱਥੇ ਆਉਣ ਤੋਂ ਬਾਅਦ ਮੈਨੂੰ ਕਾਲਾਂ ਕੁੱਲਾਂ ਕਰਨੀਆਂ ਹੁੰਦੀਆਂ ਕਈ ਕੁਛ ਸੋ ਇੱਕ ਡੇਢ ਕੁ ਵਜੇ ਵਿਹਲਾ ਆ ਬਾਅਦ ਦੇ ਵਿੱਚ ਫਿਰ ਨਾ ਨੀਂਦ ਆਵੇ ਤਾਂ ਮੈਂ ਫਿਲਮ ਲਾ ਲਈ ਇੱਕ ਬ੍ਰਾਈਟ ਬਰਨ ਨੈੱਟਫਲਿਕਸ ਦੇ ਉੱਤੇ ਆ ਬਹੁਤ ਸੋਹਣੀ ਫਿਲਮ ਜਾਨੀ ਕਿ ਜਿਹੜਾ ਐਂਡ ਆ ਉਹ ਹੈਪੀ ਨਹੀਂ ਉਹਦਾ ਬਟ ਮੂਵੀ ਘੈਂਟ ਉਹ ਵੇਖੀ ਅਤੇ ਬਾਅਦ ਸਾਢੇ ਕੁ ਚਾਰ ਇਹ ਆ ਗਏ ਭਾਊ ਹੋਣੇ ਜਿਹੜੇ ਤੁਸੀਂ ਵੇਖ ਸਕਦੇ ਆ ਸਾਰਾ ਕਲੀਨ ਕਲੂਨ ਕਰਨ ਵਾਲੇ ਅਤੇ ਗੱਡੀਆਂ ਚੱਕਣ ਵਾਲਾ ਵੀ ਜਗਾੜ ਨਾਲ ਹੀ ਲਈ ਫਿਰਦੇ ਸੀ ਅਤੇ ਮੈਨੂੰ ਫਿਰ ਇਹ ਸੀ ਮੈਂ ਕਿਹਾ ਯਾਰ ਜਿੱਥੇ ਮੈਂ ਖਿਲਾਰੀ ਸੀ ਉੱਦਾਂ ਮੈਂ ਵੇਖ ਚਾਹ ਕੇ ਖਿਲਾਰੀ ਸੀ ਪਰ ਮੈਂ ਕਿਹਾ ਯਾਰ ਵੀ ਮੈਂ ਫਿਰ ਸੁੱਤਾ ਆ ਕੇ ਬਾਰੀ ਖੜਕਾਉਣਗੇ ਜਾਂ ਕੁਛ ਹੈ ਨਾ ਚੱਲਦੇ ਫਿਰ ਮੈਂ ਇੱਥੇ ਟੈਸਲਾ ਚਾਰਜ 'ਤੇ ਲੈ ਆਇਆ ਟੈਸਲਾ ਚਾਰਜ 'ਤੇ ਵੀ ਮੈਂ ਕਿਹਾ ਫੁੱਲ ਚਾਰਜ ਕਰਕੇ ਅਤੇ ਆਪਾਂ ਚੱਲਦੇ ਹਾਂ ਯਾਰ ਇੱਥੋਂ ਹੁਣ ਹਾਂ ਹੁਣ ਇਰਾਦਾ ਇਹੋ ਵੀ ਸਿੱਧਾ ਸਰੀ ਵੱਲ ਨੂੰ ਚੱਲਦੇ ਹਾਂ ਇੱਥੇ ਮੈਂ ਕੈਂਪ ਲੂਪਸ ਦੇ ਵਿੱਚ ਵੇਖੀਆਂ ਛੋਟੀਆਂ ਛੋਟੀਆਂ ਇੱਕ 4-5 ਕਿਲੋਮੀਟਰ ਵਾਲੀਆਂ ਟੋਪ 'ਚ ਜਾ ਕੇ ਸਿਟੀ ਦਾ ਵਿਊ ਆਉਂਦਾ ਵਾ ਬਟ ਇਟਸ ਕਲਾਊਡੀ ਅਤੇ ਕਿਉਂਕਿ ਲੋਕਾਂ ਨੇ ਫੋਟੋਆਂ ਪਾਈਆਂ ਪਈਆਂ ਸੀ ਉਹਦੇ ਰਿਵਿਊ ਦੇ ਵਿੱਚ ਕਿ ਦੋਨੋਂ ਤਰ੍ਹਾਂ ਦੀਆਂ ਪਾਈਆਂ ਪਈਆਂ ਸੀ ਜਦੋਂ ਸਨੀ ਹੋਵੇ ਉਦੋਂ ਕਿੱਦਾਂ ਦਾ ਵਿਊ ਆ ਜਦੋਂ ਕਲਾਊਡੀ ਹੋਵੇ ਉਦੋਂ ਕਿੱਦਾਂ ਦਾ ਹੈ ਨਾ ਅਤੇ ਕਲਾਊਡੀ ਦੇ ਵਿੱਚ ਕੁਛ ਵੀ ਨਹੀਂ ਦੀਦਾ ਉੱਪਰੋਂ ਬਾਕੀ ਉੱਦਾਂ ਸੱਚ ਦੱਸਾਂ ਕਿ ਮੇਰੇ ਮੈਂ ਸੁੱਤਾ ਨਹੀਂ ਹਿੰਮਤ ਜੀ ਵੀ ਹੈ ਨਹੀਂ ਨਾ ਬਾਹਲੀ ਵਿਲ ਪਾਵਰ ਚਾਹੀਦੀ ਅੱਜ ਦੇ ਸੋ ਚੱਲਦੇ ਹਾਂ ਜੀ ਆਪਾਂ ਸਰੀ ਵੱਲ ਨੂੰ ਹਿੰਦੀ ਜਿਵੇਂ ਕਰ ਦਿੰਦਾ ਸਰੀ ਪੰਜਾਬੀਆਂ ਦੀ ਭਰੀ ਸ਼ੁਕਰ ਆ ਫਾਈਨਲੀ 0 degree ਦੇਖਿਆ ਸੋ ਆਪਾਂ ਈਵਨ ਹੋ ਗਏ ਹਾਂ ਸ਼ਾਇਦ ਪਲੱਸ 'ਚ ਵੀ ਆ ਜਾਏ ਜਾਣਾ ਪਹੁੰਚ ਗਏ ਜੀ ਆਪਾਂ ਸਰੀ ਰਹਿ ਗਿਆ ਸਿਰਫ ਕਿੰਨਾ 29 ਕਿਲੋਮੀਟਰ ਰਹਿ ਗਿਆ ਜੀ ਆਪਣਾ ਚਲੋ ਬੈਕ ਉੱਥੇ ਪਤਾ ਨਹੀਂ ਇੱਕ ਤਾਂ ਮੈਂ ਅਜੇ ਨਾਂ ਬੋਲਣੇ ਸਿੱਖਣੇ ਸ਼ਹਿਰਾਂ ਦੇ ਇਹਨਾਂ ਦੇ ਸੋ ਉੱਥੇ ਥੋੜ੍ਹਾ ਚਿਰ ਗੱਡੀ ਚਾਰਜ ਕੀਤੀ ਅਤੇ ਉੱਥੋਂ ਆਪਾਂ ਗਾਣੂ ਆ ਕੇ ਆਉਣਾ ਹੁਣ ਸਿੱਧੇ ਜਾ ਰਹੇ ਹਾਂ ਜੀ ਹਿੰਦੀ ਭਾਅ ਜੀ ਆ ਲਿੰਦੀ ਨੂੰ ਮੈਂ ਫੋਨ ਲਾਇਆ ਕਹਿੰਦਾ ਮੈਂ ਟਿਕਟੋਕ 'ਤੇ ਲਾਈਵ ਬੈਠਾ ਵਾਂ ਬਸ ਆ ਜਾ ਡਿਸਟਰਬ ਨਾ ਕਰ ਪਹੁੰਚ ਗਏ ਜੀ ਆਪਾਂ ਸਰੀ ਸਰੀ ਪੰਜਾਬੀਆਂ ਨਾਲ ਭਰੀ ਇਹ ਵਾਕਿਆ ਪੰਜਾਬੀਆਂ ਨਾਲ ਭਰੀ ਇੱਥੇ ਗੋਰਾ ਕੋਈ ਕੋਈ ਦੇਖਦਾ ਭਾਈ ਇੱਥੇ ਇਹ ਹੋ ਗਿਆ ਬ੍ਰੈਂਪਟਨ ਦਾ ਏਰੀਆ ਹੋ ਗਿਆ ਇੱਥੇ ਤਾਂ ਗੋਰਾ ਆ ਵੀ ਜਾਵੇ ਅਤੇ ਇਹ ਵੇਖਦੇ ਆ ਵੀ ਇਹ ਕਿੱਧਰੋਂ ਆ ਗਿਆ ਟੈਂਪਰੇਚਰ ਇੱਥੇ ਪਲੱਸ 'ਚ ਹੈ ਨਾ ਉਹ ਵੇਖੋ 3 degree ਕਿਸੇ ਨੇ ਬਰਫ਼ ਨੂੰ ਪੱਖਾ ਲਾਇਆ ਕਿ ਬਰਫ਼ ਨੂੰ ਗਰਮੀ ਨਾ ਲੱਗੇ ਓਕੇ ਜੀ ਪਹੁੰਚ ਗਏ ਇਹਦੀ ਅੰਦਰ ਸ਼ਾਇਦ ਟਿਕਟੋਕ 'ਤੇ ਲੱਗਾ ਉਹਨੂੰ ਮੈਸੇਜ ਕੀਤਾ ਮੈਂ ਕਿਹਾ ਬਾਹਰ ਆ ਜਾ ਅਤੇ ਇਹ ਸਫ਼ਰ ਰਿਕਾਰਡ ਮੇਰਾ ਨਾ ਇਹ ਮਨ ਪਸੰਦੀਦਾ ਡਰਾਈਵ ਆ ਮੇਰੀ ਹੈ ਇਹ ਮੇਰੇ ਖਿਆਲ ਨਾਲ ਵੀ ਮੈਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੇਨ ਰੋਡਸ ਜਿਹੜੀਆਂ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਹੈ ਨਾ ਜਿੱਦਾਂ ਯੂਰਪ ਆ ਉੱਥੇ ਪਿੰਡਾਂ ਪੁੰਡਾਂ ਦੇ ਵਿੱਚੋਂ ਦੀ ਡਰਾਈਵ ਹੋਵੇ ਬਹੁਤ ਸੋਹਣੀ ਹੁੰਦੀ ਬਟ ਜਿਹੜੀਆਂ ਮੇਨ ਆ ਨਾ ਜਿਹੜਾ ਆਪਾਂ ਹਾਈਵੇ ਕਹੀਏ ਉਹ 3 ਥਾਵਾਂ 'ਤੇ ਮੈਂ ਬਹੁਤ ਇੰਜੋਏ ਕੀਤੀ ਅਤੇ ਤੁਸੀਂ ਵੀ ਜੇ ਘੁੰਮਦੇ ਫਿਰਦੇ ਹੋ ਤਾਂ 3 ਥਾਵਾਂ 'ਤੇ ਜ਼ਿੰਦਗੀ ਦੇ ਵਿੱਚ ਜ਼ਰੂਰ ਡਰਾਈਵ ਕਰਿਓ ਇੱਕ ਕ੍ਰਾਈਸਟ ਚਰਚ ਤੋਂ ਕੁਈਨਸਟਾਊਨ ਆਈ ਥਿੰਕ ਕੁਈਨਸਟਾਊਨ ਹੀ ਹੈ ਨਾ ਉਹਦਾ ਨਾਂ ਉਹ ਨਿਊਜ਼ੀਲੈਂਡ ਦੇ ਵਿੱਚ
ਬਹੁਤ ਘੈਂਟ ਆ ਵੀ ਉਹ ਵੀ ਅਤੇ ਇੱਕ ਉਹ ਅਤੇ ਫਿਰ ਆ ਆਹੀ ਬੀ ਸੀ ਟੂ ਕੈਲਗਰੀ ਜਾਂ ਫਿਰ ਉੱਧਰੋਂ ਆਏ ਨੂੰ ਅਤੇ ਇਹ ਹਾਂ ਚੈਲੇਂਜਿੰਗ ਹੁੰਦੀ ਆ ਕਿਉਂਕਿ ਟਰੱਕ ਵਗੈਰਾ ਬਹੁਤ ਮੂਵਮੈਂਟ ਆ ਇਸ 'ਤੇ ਬਟ ਹਾਂ ਵੀ ਜਿੱਥੇ ਰਿਸਕੀ ਆ ਉਦੋਂ ਪੂਰੀ ਟੈਨਸ਼ਨ ਦੇ ਕੇ ਗੱਡੀ ਚਲਾਓ ਅਤੇ ਗਰਮੀਆਂ ਦੇ ਵਿੱਚ ਵੀ ਬਹੁਤ ਸੋਹਣੀ ਹੁੰਦੀ ਆ ਅਤੇ ਸਿਆਲਾਂ ਦੇ ਵਿੱਚ ਜਿੱਦਾਂ ਹੁਣ ਇਹ ਮੈਂ ਟਾਈਮ 'ਤੇ ਆਇਆ ਕਿਉਂਕਿ ਸਨੋਅ ਬਹੁਤ ਜ਼ਿਆਦਾ ਪੈ ਗਈ ਹੁਣ ਚੱਕੜ ਵਗੈਰਾ ਬਹੁਤ ਬਣੇ ਆ ਗਰਮੀਆਂ ਦੀ ਵੱਖਰੀ ਆ ਅਤੇ ਜਦੋਂ ਜਾਂ ਫਿਰ ਸਨੋਅ ਅਜੇ ਪਹਿਲੀ ਦੂਜੀ ਪਈ ਹੋਵੇ ਉਦੋਂ ਇਹ ਡਰਾਈਵ ਕਰੋ ਅਤੇ ਤੀਸਰੀ ਮੈਂ ਇੰਜੋਏ ਕੀਤੀ ਸੀ ਨੌਰਵੇ ਨੌਰਵੇ ਦੀ ਡਰਾਈਵ ਵੀ ਮਾਸ਼ਾਲਾ ਮਾਸ਼ਾਲਾ ਸੋ ਇਹ ਇਸੇ ਕਰਕੇ ਮੈਂ ਇੰਜੋਏ ਹੀ ਕਰਦਾ ਹੁੰਦਾ ਇਹਨੂੰ ਬਟ ਹਾਂ ਟੈਸਲਾ 'ਚ ਨਹੀਂ ਕਰਨੀ ਭਾਈ ਜਾਣੀ ਕਿ 100 ਹੱਥ ਰੱਸਾ ਸਿਰੇ ਦੇ ਗੰਢ ਭਾਈ ਜੇ ਤਾਂ ਤੁਹਾਡੀ ਡਰਾਈਵ ਡੇਲੀ ਤੁਸੀਂ 100 ਕਿਲੋਮੀਟਰ ਤੋਂ ਘੱਟ ਕਰਦੇ ਨਾ ਤਾਂ ਟੈਸਲਾ ਲੈ ਲਓ ਜੇ ਤੁਹਾਡਾ 100 ਕਿਲੋਮੀਟਰ ਤੋਂ ਲੰਘਦਾ ਨਾ ਤਾਂ ਟੈਸਲਾ ਨਾ ਲਓ ਭਾਈ ਅਤੇ ਬਸ ਟੈਸਲਾ ਦੀ ਆਪਾਂ ਹੋਰ ਬੁਰਾਈ ਨਹੀਂ ਕਰਦੇ ਇੱਕ ਚੀਜ਼ ਹੋਰ ਮੈਂ ਡਾਕੂਮੈਂਟ ਕਰਦਾ ਯਾਰ ਟਿਕਟੋਕ ਅਤੇ ਇੰਸਟਾਗ੍ਰਾਮ 'ਤੇ ਨਾ ਕੁਝ ਲੋਕਾਂ ਨੇ ਮੇਰੇ ਨਾਲ ਸਕਰੀਨਸ਼ੋਟ ਸ਼ੇਅਰ ਕੀਤੇ ਆ ਕਿ ਮੇਰੇ ਜਾਅਲੀ ਅਕਾਊਂਟ ਬਣਾ ਕੇ ਅਤੇ ਉਹ ਕੁਛ ਨਾ ਕੁਛ ਪੁੱਠੇ ਸਿੱਧੇ ਔਫਰ ਜੇ ਚਲਾ ਕੇ ਜਾਣੀ ਕਿ ਗੱਲ ਮੁੱਕਦੀ ਕਿ ਠੱਗੀ ਹੀ ਮਾਰ ਰਹੇ ਆ ਅਤੇ ਉਹ ਠੱਗੀ ਵਾਲੇ ਕੰਮ ਤੋਂ ਬਚ ਕੇ ਮੇਰਾ ਹੋਰ ਕੋਈ ਅਕਾਊਂਟ ਨਹੀਂ ਹੈਗਾ ਨਾ ਮੈਂ ਕਿਸੇ ਨੂੰ ਆਹਨਾ ਵਾਂ ਕਿ ਉੱਥੇ ਪੈਸੇ ਪਾਓ ਇੱਥੇ ਪੈਸੇ ਪਾਓ ਆਹ ਕੰਮ ਕਰ ਲਓ ਉਹ ਕਰ ਲਓ ਜੋ ਕੁਛ ਹੋਊਗਾ ਇੱਥੇ ਮੇਰਾ ਇੱਕੋ ਹੀ ਅਕਾਊਂਟ ਆ ਉਹੀ ਸਭ ਹੀ ਜਾਣੀ ਕਿ ਮੋਸਟਲੀ ਸਭ ਨੇ ਸੇਮ ਹੀ ਯੂਜ਼ਰ ਨੇਮ ਆ ਕਿਤੇ ਕੋਈ ਡੋਟ ਡੂਟ ਨਹੀਂ ਲੱਗਦਾ ਕੁਛ ਨਹੀਂ ਲੱਗਦਾ ਸੋ ਪਲੀਜ਼ ਇਹੀਆਂ ਚੀਜ਼ਾਂ ਤੋਂ ਬਚ ਕੇ ਮੈਂ ਨਹੀਂ ਚਾਹੁੰਦਾ ਸਭ ਤੋਂ ਗੰਦੇ ਆਂਡੇ ਉਹ ਆ ਜਿਹੜੇ ਕੰਮ ਕਰਦੇ ਆ ਯਾਰ ਪਤਾ ਨਹੀਂ ਯਾਰ ਮੈਂ ਉਹੀ ਸੋਚਣ ਡਿਆ ਕਿ ਯਾਰ ਵੀ ਇਹਨਾਂ ਨਾਲ ਗੱਲ ਕਰਾਂ ਯਾਰ ਵੀ ਤੁਸੀਂ ਇਹ ਕੰਮ ਕਿੱਦਾਂ ਕਰ ਲੈਂਦੇ ਆ ਵੀ ਕਿਵੇਂ ਤੁਸੀਂ ਵੀ ਕਿਸੇ ਨੂੰ ਕਿਸੇ ਡੈਸਪਰੇਟ ਬੰਦੇ ਨੂੰ ਲੁੱਟ ਲੈਣਾ ਸੋ ਇਹ ਕੰਮ ਆ ਸੋ ਓਕੇ ਜੀ ਮੈਂ ਇੱਥੇ ਸੱਚ ਇੱਕ ਦਿਨ ਅਸੀਂ ਕਰਾਇਆ ਵਾ ਮੈਂ ਇਹਦੀ 3 ਟਿਕਟਾਂ ਲਈਆਂ ਵਾਂ ਉਹ ਸੀ ਪਲੇਨ ਜੇ ਵਾਲੀਆਂ ਉਹ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਇਹਨੂੰ ਭਾਈ ਜੀ ਹੁਣਾਂ ਨੂੰ ਚੱਕ ਕੇ ਵਾਪਸ ਜਾਣਾ ਵਾ ਫਿਰ ਅਲਬਰਟਾ ਵੱਲੋਂ ਅਤੇ ਇਹਨੂੰ ਮੱਥਾ ਟੇਕਣਾ ਵਾ ਉਹਨੂੰ ਜਾ ਕੇ ਉਹਨੂੰ ਫੜਾਉਣੀ ਆ ਵੀ ਅਲੇ ਭਾਈ ਆ ਸਾਂਭ ਆਪਣੀ ਗੱਡੀ ਅਤੇ ਉਸ ਤੋਂ ਬਾਅਦ ਜਾਂ ਤਾਂ ਫਿਰ ਕੋਈ ਰੈਂਟ 'ਤੇ ਲੱਭਦੇ ਹਾਂ ਹੋਰ ਅਤੇ ਜਾਂ ਫਿਰ ਲੈਣ ਦੀ ਕੋਸ਼ਿਸ਼ ਕਰਦੇ ਜੇ ਗੱਡੀ ਲੈਣ ਦੀ ਕੋਸ਼ਿਸ਼ ਕੀਤੀ ਫਿਰ ਔਫਕੋਰਸ ਟਾਈਮ ਲੱਗ ਜਾਣਾ ਸੋ ਮੀਨ ਵਾਈਲ ਕੋਸ਼ਿਸ਼ ਕਰਾਂਗੇ ਕਿ ਰੈਂਟ ਰੁੰਟ ਹੀ ਕਰ ਲਈਏ ਸੋ ਦੈਟਸ ਆਲ ਜੀ ਕੋਈ ਗਲਤੀ ਹੋ ਗਈ ਹੋਵੇ ਕੋਈ ਚੀਜ਼ ਗਲਤ ਬੋਲੀ ਗਈ ਹੋਵੇ ਜਿੱਦਾਂ ਮੈਂ ਕਿ ਆਲਵੇਜ਼ ਇਹਨਾਂ ਹੁੰਦਾ ਕਿ ਕਿਸੇ ਦੀ ਵੀਡੀਓ ਇਨਕਲੂਡਿੰਗ ਮਾਈ ਸੈਲਫ ਧਾਰਨਾ ਨਹੀਂ ਬੰਨ ਲੈਣੀ ਕਿ ਉਹਨੇ ਜੋ ਚੀਜ਼ ਦੱਸਤੀ ਉਹੀ ਫੈਕਚੁਅਲ ਆ ਹਾਂ ਤੁਸੀਂ ਕਿਸੇ ਕੋ ਸੁਣੋ ਅਤੇ ਉਸ ਤੋਂ ਬਾਅਦ ਉਹਨੂੰ ਕਰੋਸ ਚੈੱਕ ਵੀ ਕਰੋ ਜੇ ਮੇਰੇ ਕੋਲ ਕੁਛ ਗਲਤ ਬੋਲਿਆ ਗਿਆ ਤਾਂ ਉਹਦੇ ਲਈ ਮਾਫ਼ੀ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ